इन्हां ने अपने ग्राउंड जज साहब के अगे रखे एप्लीकेशन के द्वारा। उस तो बाद असी उन्हां दा जवाब दिता, जवाब दे विच असी दस्या भी इन्हां नूं कोविड सी जिहड़ियां रिपोर्ट्स इन्हां नूं नाल दित्तियां सी ਜੇ ਅਸੀਂ ਰੈਗੂਲਰਲੀ ਅਪੀਅਰ ਕਰ ਰਹੇ ਸੀਗੇ ਅਸੀਂ ਕਲੀਅਰਲੀ ਦੱਸਿਆ ਵੀ ਅਸੀਂ ਪਹਿਲਾਂ ਵੀ ਹਮੇਸ਼ਾ ਤੁਹਾਡੇ ਨਾਲ ਜਦ ਤੁਸੀਂ ਕਿਹਾ ਅਸੀਂ ਜਿਸ ਟਾਈਮ 'ਤੇ ਬੁਲਾਇਆ ਗਿਆ ਸੀ ਉਸ ਟਾਈਮ 'ਤੇ ਪਹੁੰਚੇ ਅਤੇ ਤੁਹਾਡਾ ਜਿਹੜਾ ਬੇਸਿਕ ਗਰਾਊਂਡ ਹੈ ਵੀ ਅਸੀਂ ਕੋਪਰੇਟ ਨਹੀਂ ਕਰ ਰਹੇ ਉਹ ਬਿਲਕੁਲ ਗਲਤ ਹੈ। ਈਡੀ ਦੀਆਂ ਵੀ ਕੰਟੈਂਸ਼ਨ ਵੀ ਹੋਣੀਆਂ, ਜੱਜ ਸਾਹਿਬ ਨੇ ਸਾਡੀਆਂ ਕੰਟੈਂਸ਼ਨ ਅਤੇ ਇਹਨਾਂ ਦੀਆਂ ਕੰਟੈਂਸ਼ਨ 8-2 ਦੀ ਤਰੀਕ ਪਾਈ ਹੈ, ਤਾਂ ਤੱਕ ਦੀ ਰਿਮਾਂਡ ਦਿੱਤੀ ਹੈ। ਅਤੇ ਇਹਨਾਂ ਦਾ ਜਿਹੜਾ ਮੇਨ ਗਰਾਊਂਡ ਸੀਗਾ ਉਹ 2018 ਦੀ ਐੱਫ ਆਈ ਆਰ ਦੇ ਰਿਗਾਰਡਿੰਗ ਸੀਗਾ, ਜੋ ਕਿ ਅਸੀਂ ਔਨ ਰਿਕਾਰਡ ਜੱਜ ਸਾਹਿਬ ਦੇ ਅੱਗੇ ਡਾਕੂਮੈਂਟਸ ਦੇ ਥਰੂ ਅਤੇ ਬਾਕੀ ਚੀਜ਼ਾਂ ਦੇ ਥਰੂ ਪ੍ਰੂਵ ਕੀਤਾ ਵੀ ਨਾ ਹੀ ਅਸੀਂ ਉਸ ਐੱਫ ਆਈ ਆਰ ਦੇ ਵਿੱਚ ਕਿਤੇ ਇਨਵੋਲਵ ਸੀਗੇ, ਨਾ ਹੀ ਸਾਡਾ ਉਸ ਐੱਫ ਆਈ ਆਰ ਦੇ ਵਿੱਚ ਨਾਂ ਸੀ, ਨਾ ਹੀ ਸਾਡੇ ਕੋਈ ਵੀ ਰਿਲੇਸ਼ਨ ਹੈ ਉਸ ਐੱਫ ਆਈ ਆਰ ਦੇ ਨਾਲ। ਤਾਂ ਦੇਖੋ ਸਰ, ਉਹਦੇ 'ਚ ਹਲੇ ਮੈਟਰ ਸਬਜਡਸ ਹੈ, ਉਹਦੇ ਰਿਗਾਰਡਿੰਗ ਮੈਂ ਨਹੀਂ ਕੁਛ ਤੁਹਾਡੇ ਅੱਗੇ ਡਿਸਕਲੋਜ਼ ਜਾਂ ਕੁਛ ਬੋਲ ਸਕਦਾ। ਬਸ ਮੈਂ ਇਹ ਦੱਸ ਸਕਦਾ ਕਿ ਨੈਕਸਟ ਡੇਟ 8-2 ਤੱਕ ਦਾ ਰਿਮਾਂਡ ਜਿਹੜੀ ਹੈ ਈਡੀ ਨੂੰ ਮਿਲੀ। ਸਰ ਮੈਂ ਜਦ ਤੁਹਾਨੂੰ ਕਹਿ ਰਿਹਾ ਮੈਟਰ ਸਬਜਡਸ ਹੈ, ਮੈਂ ਤੁਹਾਨੂੰ ਕੋਈ ਗੱਲ ਨਹੀਂ ਦੱਸ ਸਕਦਾ, ਇਹ ਦੱਸ ਸਕਦਾ ਕਿ ਨੈਕਸਟ ਡੇਟ 8-2 ਹੈ, ਇਸ ਤੋਂ ਇਲਾਵਾ ਮੈਂ ਕੋਈ ਵੀ ਗੱਲ ਨਹੀਂ। ਇਹੀ ਤਾਂ ਗੱਲ ਹੈ ਸਰ, ਈਡੀ ਕਹਿ ਰਹੀ ਹੈ ਕਿ 2018 ਦੀ ਐੱਫ ਆਈ ਆਰ ਦੇ ਬੇਸ 'ਤੇ ਅਸੀਂ ਮਨੀ ਰਿਸਿਪਟ ਰਿਕਵਰ ਕੀਤੀਆਂ, ਪਰ 2018 ਦੀ ਐੱਫ ਆਈ ਆਰ 'ਚ ਉਹਦਾ ਨਾਮ ਹੀ ਹੈ ਨਹੀਂ। ਤਾਂ ਜਦ ਬੇਸ ਹੀ ਹੈ ਨਹੀਂ, ਤੁਸੀਂ ਇੱਕ ਹਵਾ ਦੇ ਬੇਸ 'ਤੇ ਕਿਵੇਂ ਕਿਸੇ ਨੂੰ ਅਰੈਸਟ ਕਰ ਲਿਆ? ਕੋਰਟ ਦੇ ਮਾਮਲੇ 'ਚ ਅਸੀਂ ਤੁਹਾਡੇ ਕੋਲ ਸਵਾਲ ਨਹੀਂ ਪੁੱਛਦੇ ਸਾਹਿਬ, ਤੁਸੀਂ ਇਹ ਦੱਸ ਸਕਦੇ ਹੋ ਆਪਣੇ ਪੱਧਰ ਦੇ ਉੱਪਰ ਕਿ 10 ਕਰੋੜ ਰੁਪਈਆ ਕਿਸ ਚੀਜ਼ ਦਾ? ਮੈਂ ਨਹੀਂ ਦੱਸ ਸਕਦਾ ਜੀ, ਉਹ ਤੁਹਾਨੂੰ ਕੋਰਟ ਹੁਣ ਜਦ ਤੱਕ ਮੈਟਰ ਸਬਜਡਸ ਹੁੰਦਾ ਉਹਦੇ ਵਿੱਚ ਨਾ ਹੀ ਮੈਂ ਕੋਈ ਕੰਟੈਂਸ਼ਨ ਦੇ ਸਕਦਾ। ਉਹ ਕੋਰਟ ਦੇ ਜਿਹੜੇ ਬਿਆਨ ਹੋਣਗੇ ਅੱਗੇ ਤੋਂ ਅੱਗੇ ਕੰਟੈਂਸ਼ਨ ਹੋਣਗੀਆਂ, ਉਹੀ ਕਲੀਅਰ ਕਰਨੀ ਹੈ। ਇਸ ਚੀਜ਼ 'ਤੇ ਮੈਂ ਕੋਈ ਕਮੈਂਟ ਨਹੀਂ ਕਰਦਾ। ਸਰ ਈਡੀ ਨੂੰ ਪੁੱਛੋ ਕਿੰਨੇ ਕਿੰਨਾ ਪੈਸਾ ਸ਼ੋਅ ਕੀਤਾ ਅੱਜ ਤੱਕ? ਹਾਂਜੀ, ਮੈਂ ਇਸ ਚੀਜ਼ 'ਚ ਦੇਖੀਏ। ਅਸਲ ਮੈਂ ਕੈਪਟਨ ਸਾਹਿਬ ਨੇ ਇੱਕ ਵਾਰ ਕਨਫਰਮ ਕਰ ਦਿਆ ਥਾ ਕਿ ਚੰਨੀ ਸਾਹਿਬ ਕਾ ਨਾਮ ਰੇਤਾ ਚੋਰੀ ਮੇਂ ਥਾ, ਲੇਕਿਨ ਕਿਉਂਕਿ ਕਾਂਗਰਸ ਕੀ ਲਾਜ ਬਚਾਨੀ ਥੀ, ਇੱਜ਼ਤ ਬਚਾਨੀ ਥੀ, ਮੈਨੇ ਕੁਛ ਕੀਆ ਨਹੀਂ। ਉਸਕੇ ਬਾਅਦ ਚਰਨਜੀਤ ਚੰਨੀ ਨੇ ਖੁਦ ਕਨਫਰਮ ਕਰ ਦਿਆ ਥਾ, ਜਬ ਈਡੀ ਕੀ ਰੇਡ ਪੜੀ, ਕਿ ਮੇਰੇ ਸੇ ਗਲਤੀ ਹੋ ਗਈ, ਮੈਂ ਆਪਣੇ ਰਿਸ਼ਤੇਦਾਰੋਂ ਪਰ ਨਜ਼ਰ ਨਹੀਂ ਰੱਖ ਪਾਇਆ। ਇਸਕਾ ਮਤਲਬ ਆਜ ਈਡੀ ਨੇ ਜੋ ਗ੍ਰਿਫਤਾਰੀ ਕੀ ਹੈ, ਇਸਕਾ ਮਤਲਬ ਚੰਨੀ ਸਾਹਿਬ ਉਸ 'ਤੇ ਮੋਹਰ ਲਗਾ ਰਹੇ ਹੈ ਕਿ ਹਾਂ ਮੇਰੇ ਰਿਸ਼ਤੇਦਾਰੋਂ ਨੇ ਇਹ ਕੰਮ ਕੀਆ ਹੈ, ਠੀਕ ਹੈ ਨਾ। ਔਰ ਸਭਸੇ ਬੜੀ ਬਾਤ ਇਹ ਹੈ ਕਿ ਕਾਂਗਰਸ ਨੇ 5 ਸਾਲ ਮੇਂ ਪੰਜਾਬ ਕੋ ਏਕ ਨਹੀਂ ਦੋ ਬੇਈਮਾਨ ਸੀਐਮ ਦੀਏ। 4.5 ਸਾਲ ਕੈਪਟਨ ਸਾਹਿਬ, ਜਿਤਨਾ ਮਾਫੀਆ ਜੇ ਉਹ ਖੁਦ ਕਹਿਤੇ ਥੇ ਮੇਰੇ ਮੰਤਰੀ ਵੀ ਮਾਫੀਆ ਮੇਂ ਹੈ, ਤੋ ਅਗਰ ਮੰਤਰੀ ਉਨਕੇ ਮਾਫੀਆ ਮੇਂ ਹੈ ਤੋ ਬੌਸ ਤੋ ਹੋ ਗਈ, ਅਲੀ ਬਾਬਾ ਤੋ ਉਹੀ ਥੇ। ਤੋ ਇਸ ਲਈ ਇਹ ਆਜ ਕਲੀਅਰ ਹੋ ਚੁੱਕੀ ਹੈ ਬਾਤ ਲੋਗੋ ਮੇਂ ਕਿ ਚੰਨੀ ਸਾਹਿਬ ਜੋ ਕਹਿਤੇ ਹੈ ਵੋ ਡਰਾਮਾ ਕਰਤੇ ਹੈ, ਮੈਂ ਗੁੜ ਬਣਾ ਲੇਤਾ ਹੂੰ, ਮੈਂ ਤੋ ਗਰੀਬ ਹੂੰ, ਮੈਂ ਤੋ ਆਮ ਆਦਮੀ ਹੂੰ। ਆਮ ਆਦਮੀ ਕੇ ਰਿਸ਼ਤੇਦਾਰੋਂ ਕੇ ਘਰ ਸੇ ਇਤਨੀ ਮਨੀ ਕਹਾਂ ਸੇ ਆਈ? ਔਰ ਉਸ ਵੋ ਆਦਮੀ ਜੋ ਹਨੀ ਹੈ ਨਾਮ ਉਸਕਾ, ਵੋ ਆਦਮੀ ਹਰ ਸਰਕਾਰੀ ਫੰਕਸ਼ਨ ਮੇਂ ਸਾਥ ਹੋਤਾ ਥਾ, ਉਸਕੋ ਬਲੈਕ ਕੈਟ ਕਮਾਂਡੋ ਕੀ ਸਿਕਿਉਰਿਟੀ ਮਿਲੀ ਹੋਈ ਹੈ, ਉਸਕੇ ਪਾਸ ਕੌਨ ਸਾ ਸੰਵਿਧਾਨਿਕ ਅਹੁਦਾ ਹੈ, ਕੋਈ ਕੌਨਸਟੀਟਿਊਸ਼ਨਲ ਪੋਸਟ ਹੈ ਉਸਕੇ ਪਾਸ? ਤੋ ਇਸਕਾ ਮਤਲਬ ਯਹੀ ਥਾ ਕਿ ਆਪਣੇ ਭਤੀਜੇ ਕੇ ਨਾਮ ਪਰ ਕਾਮ ਹੋ ਰਹਾ ਥਾ, ਉਧਰ ਸੇ ਮਨੀ ਆ ਰਹੀ ਥੀ। ਇਹ ਤੋ 111 ਦਿਨ ਕੀ ਹੈ, ਅਗਰ 5 ਸਾਲ ਕੀ ਪਤਾ ਕੀ ਜਾਏ ਤੋ ਕਰੋੜੋਂ ਮੇਂ ਹੋਗਾ। ਤੋ 10 ਕਰੋੜ ਵੀ ਈਡੀ ਲੈ ਕੇ ਆਈ ਥੀ ਸਾਥ ਮੇਂ। ਮੈਂ ਮਾਨਤਾ ਹੂੰ, ਚਲੋ ਕਾਂਗਰਸ ਕੀ ਬਾਤ ਠੀਕ ਮਾਨ ਲੇਤੇ ਹੈ ਕਿ ਜੀ ਬੀਜੇਪੀ ਇਸੇ ਬਦਲਾਖੋਰੀ ਕੀ ਭਾਵਨਾ ਸੇ ਕਾਮ ਕਰਦੀ ਹੈ। ਤੋ 10 ਕਰੋੜ ਔਰ 56 ਕਰੋੜ ਕੀ ਜੋ ਕਾਗਜ਼ਾਤ ਵੋ ਵੀ ਈਡੀ ਸਾਥ ਮੇਂ ਲੈ ਕੇ ਆਈ ਥੀ। ਅਰਵਿੰਦ ਕੇਜਰੀਵਾਲ ਕੇ ਘਰ ਪੇ ਵੀ ਈਡੀ, CBI, ਇਨਕਮ ਟੈਕਸ ਉਹਨਾਂ ਨੇ ਰੇਡ ਕੀ ਥੀ। ਕਿਆ ਮਿਲਾ ਥਾ? 10 ਮਫਲਰ ਜੋ ਅਨਅਕਾਊਂਟਡ ਥੇ ਕਿ ਇਹ ਆਪ ਕੌਨ ਸੇ ਖਾਤੇ ਮੇਂ ਦਿਖਾਓਗੇ। ਤੋ ਮੈਂ ਵੀ ਬੋਲਤਾ ਹੂੰ ਕਿਸਾਨੋਂ ਕੇ ਪਕਸ਼ ਮੇਂ, ਬਹੁਤ ਬਾਰ ਮੈਨੇ ਮੋਦੀ ਸਾਹਿਬ ਕੋ ਘੇਰਾ ਵਹਾਂ ਪੇ ਸੰਸਦ ਮੇਂ, ਹਮਾਰੇ ਘਰ ਪੇ ਤੋ ਈਡੀ ਆਈ ਨਹੀਂ।
दाल में कुछ काला है, बल्कि दाल ही काली। जे मेरे रिश्तेदारों को अरबा रुपया फड़िया जाऊगा तो कौन जिम्मेवार होगा? कोई बंदा इस करके तो नहीं देके जाता 10 करोड़ कि आ लो जी थोड़े मास्टर जी सीएम बन गए, है ना? इस करके तो नहीं देके जाता, कोई ना कोई काम वास्ते देके गया हो, और सही काम वास्ते बंदा पैसे नहीं देता। इलीगल काम कराया हो अपने मास्टर तो चनी साहब ये दस दिन वो 10 करोड़ बदले किहड़े काम कीते। बंदा एको गल करदा कि असीं वोट पाउणी आ तां भगवंत मान दे नाम नूं वोट पाउणी आ, तां लोक तुहानूं अपना रोल मॉडल मानदे आ, तुहानूं की लगदा कि तुसीं उहनां दे यकीन ते किन्ना खरे हो? मैं उहनां दे घरां चों निकलिया, मैं आम घरां चों ही आ, इसे करके इन्हां नूं जिहड़े वड्डे रवायती पार्टी ने उहनां नूं दुख हो रहा कि जिहड़ी मुख्यमंत्री दी पोस्ट है उत्थे आम घरां दा मुंडा क्यों जा रहा उधर वल नूं? इह तां साडे धीआं पुत्तां वास्ते रिजर्व है। सो लोकां नूं इह लग रिहा साडा मुंडा है, साडा पुत्त भतीजा है, साडा छोटा वड्डा भाई है, इस करके वो कहिंदे यार भगवंत मान। सो मेरा ना मैनू बड़ी खुशी हुंदी है, नाल नाल परमात्मा अगे मैं अरदास भी करदा, परमात्मा समत बख्शे, बल बख्शे, ताकि मैं ये जिम्मेवारी निभा सकां।